ਦੇਖੋ ਕਈ ਵਾਰੀ ਕੀ ਹੁੰਦਾ ਕਿ ਆਪਾਂ ਇਤਿਹਾਸਕ ਫਿਲਮ ਬਣਾ ਤਾਂ ਲੈਂਦੇ ਹਾਂ ਪਰ ਡਾਇਰੈਕਸ਼ਨ ਪੱਖੋਂ ਥੋੜ੍ਹੀ ਜਿਹੀ ਕਮਜ਼ੋਰ ਹੁੰਦੀ ਹੈ। ਕਈ ਵਾਰੀ ਕਮਜ਼ੋਰ ਫਿਲਮ ਵੀ ਇਸ ਕਰਕੇ ਚੱਲ ਜਾਂਦੀ ਹੈ ਕਿ ਆਡੀਅੰਸ ਤਰਸ ਖਾ ਲੈਂਦੀ ਹੈ ਵੀ ਚਲੋ ਆਪਣੇ ਬੰਦਾ, ਪਰ ਜੇ ਫਿਲਮ ਅੱਛੀ ਹੋਵੇ ਫਿਰ ਚਾਹੁਣ ਵਾਲੇ ਹੋਰ ਪਿਆਰ ਦਿੰਦੇ ਕਿ ਫਿਲਮ ਹੈ ਵਧੀਆ। ਉਹ ਤਾਂ ਚਲੋ ਹਰ ਬੰਦਾ ਤਾਰੀਫ ਕਰਦਾ, ਪਰ ਤੁਸੀਂ ਪ੍ਰੋਮੋ ਦੇਖਿਆ ਉੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਪਹਿਲੀ ਫਿਲਮ ਹੈ ਜਿਹਦੀ ਪ੍ਰਮੋਸ਼ਨ ਪਿੰਡ ਪਿੰਡ ਬੱਚਿਆਂ ਨੇ ਕਰੀ ਹੈ ਔਰ ਮੈਚੋਰ ਲੋਕਾਂ ਨੇ ਕਰੀ ਹੈ, ਸਟੂਡੀਸ ਲੋਕਾਂ ਨੇ ਕਰੀ ਹੈ ਔਰ ਹਰ ਬੰਦੇ ਨੇ ਇਹ ਕਿਹਾ ਕਿ ਜੇ ਪੰਜਾਬੀ ਸਿਨੇਮਾ ਹੋਣਾ ਚਾਹੀਦਾ ਤਾਂ ਐਸੇ ਤਰ੍ਹਾਂ ਦਾ ਹੋਣਾ ਚਾਹੀਦਾ। ਸੋ ਅਸੀਂ ਤਾਂ ਇਹ ਕੋਸ਼ਿਸ਼ ਵੀ ਕਰਦੇ ਹਾਂ, ਦਾਅਵਾ ਵੀ ਕਰਦੇ ਹਾਂ ਕਿ ਭਵਿੱਖ 'ਚ ਫਿਲਮਾਂ ਜਿਹੜੀਆਂ ਬਣਾਵਾਂਗੇ ਉਹ ਮੜਕ ਅਤੇ ਰੜਕ ਵਾਲੀਆਂ ਹੋਣ। ਦੇਖੋ ਮੈਂ ਹੈ ਨਹੀਂ, ਨਾ ਮੇਰਾ ਕੋਈ ਵਜੂਦ ਹੈ ਨਾ ਮੈਂ ਹੈ। ਮੈਂ ਜਿਸ ਘਰ ਤੋਂ ਸਿੱਖਿਆ ਲਈ ਹੈ ਉਹ ਬਾਬੇ ਗੁਰੂ ਨਾਨਕ ਸਾਹਿਬ ਦਾ ਘਰ ਹੈ, ਉੱਥੇ ਤੂੰ ਹੀ ਤੂੰ ਹੈ ਅਤੇ ਮੈਨੂੰ ਤਾਂ ਕੜਦ ਵਿੱਚ ਮੈਂ ਤਾਂ ਹੈ ਨਹੀਂ। ਉਹ ਸੁੱਚਾ ਸੂਰਮਾ ਸਾਹਿਬ ਦਾ ਕਿਰਦਾਰ ਹੈ ਔਰ ਹਰ ਪੰਜਾਬੀ ਜਿਹੜਾ ਪਿੰਡ 'ਚ ਜੰਮਿਆ ਉਹਦੇ 'ਚ ਇਸ ਤਰ੍ਹਾਂ ਦੀ ਮੜਕ ਹੈ। ਇਸ ਧੌਲ ਜਿਹੜੀ ਸਿੱਧੀ ਰੱਖਦੇ ਹਾਂ ਨਾ ਅਸੀਂ, ਸ਼ਾਇਦ ਇਹਦੇ ਕਰਕੇ ਅਸੀਂ ਸਦੀਆਂ ਤੋਂ ਲੜਦੇ ਆਏ ਹਾਂ ਔਰ ਇਹ ਦੁਨੀਆ ਭਰ ਦੇ ਸਿਸਟਮਾਂ ਨੇ ਕੋਸ਼ਿਸ਼ ਕਰੀ ਹੈ, ਪੰਜਾਬੀਆਂ ਦੀ ਗਰਦਨ ਕਦੇ ਚੁੱਕੀ ਨਹੀਂ ਔਰ ਸੱਚੇ ਪਾਤਸ਼ਾਹ ਮਿਹਰ ਕਰੇ ਇਹ ਕਿਰਦਾਰ ਵੀ ਉਸੇ ਗੁਰੂ ਘਰ ਤੋਂ ਮੱਥਾ ਟੇਕ ਕੇ ਨਿਕਲੇ ਸੀ ਜਿਨ੍ਹਾਂ ਨੂੰ ਲੋਕਾਂ ਨੇ ਕਿਹਾ ਕਿ ਸੁੱਚਾ ਸਿੰਘ ਹੁਣ ਤੂੰ ਸੂਰਮਾ ਹੈ। ਜੇ ਅੱਜ ਉਹਨਾਂ ਦੀ ਫਿਲਮ ਬਣ ਰਹੀ ਹੈ ਉਹ ਤਾਂ ਹੀ ਬਣ ਰਹੀ ਹੈ। ਉਸ ਮੈਨੂੰ ਪੂਰੀ ਖੜੇ ਨਹੀਂ ਹੋਣਾ, ਉਸ ਕਾਲ ਦੀ ਫਿਲਮ ਆਪਾਂ ਤਾਂ ਬਣਾ ਰਹੇ ਹਾਂ ਕਿਉਂਕਿ ਉਹ ਸੂਰਮੇ ਸੀ। ਉਸ ਕਾਲ 'ਚ ਬਹੁਤ ਲੋਕ ਇੱਦਾਂ ਦੇ ਵੀ ਸੀ ਜਿਹੜੇ ਬਹੁਤ ਪੈਸੇ ਵਾਲੇ ਸੀ, ਬਹੁਤ ਅਮੀਰ ਸੀ ਔਰ ਉਸ ਵਕਤ ਉਹਨਾਂ ਸਾਮਰਾਜਾਂ 'ਚ ਉਹਨਾਂ ਦਾ ਰਾਜ ਵੀ ਚੱਲਦਾ ਹੋਵੇ ਪਰ ਉਹਨਾਂ ਦਾ ਜ਼ਿਕਰ ਨਹੀਂ ਹੁੰਦਾ। ਜ਼ਿਕਰ ਉਹਨਾਂ ਦੇ ਹੁੰਦਾ ਜਿਹੜੇ ਲੋਕਾਂ ਦੇ ਨਾਇਕ ਹੁੰਦੇ। ਸੁੱਚਾ ਸਿੰਘ ਸਾਹਿਬ ਜਿਹੜੇ ਆ ਉਹ ਲੋਕਾਂ ਦੇ ਨਾਇਕ ਹੈ। ਜੇ ਬੋਂਬੇ ਜੰਮਿਆ ਬੱਚਾ, ਬੋਂਬੇ ਜੰਮਿਆ ਕੋਈ ਅਦਾਕਾਰ ਜਿਹਨੂੰ ਸਵੇਰੇ ਉਹਦਾ ਬਾਪੂ ਬ੍ਰੇਕਫਾਸਟ ਸਿਖਾਉਂਦਾ ਜਾਂ ਚਾਹ ਦਾ ਕੱਪ ਪਿਆਉਂਦਾ ਉਹਦੇ ਲਈ ਔਖਾ ਹੈ। ਅਸੀਂ ਤਾਂ ਪੜ੍ਹਨੇ ਹੀ ਪੜ੍ਹਨੇ ਹਾਂ ਸਾਰੀ ਉਮਰ ਅਤੇ ਉਸੇ ਤਰ੍ਹਾਂ ਦੇ ਪਿੰਡ ਪਿੰਡ ਕਿਰਦਾਰ ਆ। ਇਹ ਜਿਹੜੀਆਂ ਚੀਜ਼ਾਂ ਸਾਡੇ ਜੀਨਾਂ 'ਚ ਸਾਡੇ ਬਜ਼ੁਰਗਾਂ ਨੇ ਹੰਢਾਈਆਂ, ਅਸੀਂ ਉਹਨਾਂ ਪਰਿਵਾਰਾਂ 'ਚ ਜਾਂਦੇ ਹਾਂ। ਸੋ ਇਸ ਤਰ੍ਹਾਂ ਦੀਆਂ ਗੈਰਤਮੰਦ ਅਤੇ ਅਣਖ ਵਾਲੀਆਂ ਫਿਲਮਾਂ ਬਣਾਉਣਾ ਸਾਡਾ ਫਰਜ਼ ਵੀ ਬਣ ਜਾਂਦਾ ਜੀ। ਪਿੰਡ ਤੋਤੀ ਦੇ ਨੇੜੇ ਮੈਂ ਤੋਤੀ ਦਾ ਗੁਆਂਢ 'ਚ ਪੈਂਦਾ। ਅੱਛਾ, ਬੇਨਤੀ ਇਹ ਹੈ ਵੀ ਕੌਣ ਕੀ ਕਰਦਾ ਮੈਂ ਇਹਦੇ ਬਾਰੇ ਕਦੇ ਸੋਚਿਆ ਜੀ। ਜ਼ਿੰਦਗੀ ਨੇ ਇੱਕ ਰਾਹ ਦਿੱਤਾ ਅਤੇ ਅਸੀਂ ਹਰ ਚੌਂਕ ਨੂੰ ਮੰਜ਼ਿਲ ਮੈਂ ਨਹੀਂ ਸਮਝਦਾ, ਮੇਰੇ ਲਈ ਰਸਤਾ ਬਹੁਤ ਲੰਬਾ ਜਾਂਦਾ ਕਾਫੀ ਸਾਰ। ਸੋ ਮੇਰੀ ਇਹ ਕੋਸ਼ਿਸ਼ ਹੁੰਦੀ ਹੈ, ਇਸ ਕੋਸ਼ਿਸ਼ 'ਚ ਅਮਿਤੋਜ ਕਹਿ ਲਓ ਮੈਂ ਕਹਿ ਲਓ ਸਾਡਾ ਪਰਿਵਾਰ ਇੱਕੋ ਹੈ। ਅਸੀਂ ਲੜ ਲੜ ਵੀ ਪੈਂਦੇ ਹਾਂ, ਕਈ ਸਾਲ ਬੋਲਦੇ ਵੀ ਨਹੀਂ, ਪਰ ਗੱਲ ਇਹ ਹੈ ਵੀ ਪਰਿਵਾਰ ਨਾਲ ਤਾਂ ਫਿਰ ਆਖਰ ਇਕੱਠੇ ਬੋਲਣਾ ਹੁੰਦਾ। ਸੋ ਤੁਸੀਂ ਪਹਿਲੀ ਫਿਲਮ ਤੋਂ ਸੋਚੋ ਜਦੋਂ ਹਵਾਏ ਬਣਾਏ ਸੀ ਉਦੋਂ ਜਦੋਂ ਮੈਨੂੰ ਅਸੀਂ ਜਦੋਂ ਸ਼ੁਰੂ ਕਰੀ ਸੀ ਸਾਨੂੰ ਕੁਛ ਬੰਦੇ ਮਿਲੇ ਸੀ ਬੰਬੇ, ਉਹ ਕਹਿੰਦੇ ਯਾਰ ਤੁਸੀਂ ਨਵੇਂ ਹੋ ਅਸੀਂ ਫਿਲਮ ਪ੍ਰੋਡਿਊਸ ਕਰ ਦਿੰਦੇ। ਮੈਂ ਕਰ ਦਿਉ। ਉਦੋਂ ਅਸੀਂ ਗਾਣੇ ਬਣਾਏ ਸੀ ਅਤੇ ਟਾਈਟਲ ਨਹੀਂ ਸੀ ਰੱਖਿਆ ਅਤੇ ਉਹ ਬੰਦੇ ਸਾਨੂੰ ਕੁਛ ਦਿੱਲੀ ਮਿਲੇ ਸੀ ਕੁਛ ਬੰਬੇ, ਬੀਚ 'ਤੇ ਅਸੀਂ ਵਾਕ ਕਰਦੇ ਸੀ ਜਿੱਥੇ ਅਸੀਂ ਹਵਾਏ ਗਾਣਾ ਲਿਖਿਆ ਸੀ। ਉਹ ਕਹਿੰਦੇ ਵੀ ਠੀਕ ਹੈ ਆਪਾਂ ਦੋ ਡਾਇਰੈਕਟ ਕਰਦੇ ਹਾਂ ਅਤੇ ਤੁਸੀਂ ਮਿਊਜ਼ਿਕ ਕਰ ਲਓ।
ਤੇ ਹੀਰੋ ਅਸੀਂ ਸ਼ਾਇਦ ਬਚਨ ਸਾਹਿਬ ਨਾਲ ਉਹਦੀ ਗੁਲੇਟ ਤਾਂ ਹੁਣ ਉਹਦੇ ਬੇਟੇ ਨੂੰ ਕਹਿੰਦੇ ਲੈ ਲੈ ਮੈਂ ਕਹਿੰਦਾ ਸਾਡੀ ਕਮਿਟਮੈਂਟ ਮਿੱਤਰਤਾ 'ਚ ਹੋਈ ਆ ਵੀ ਉਹ ਦੋਹਾਂ ਹੀਰੋ ਤੈਨੂੰ ਬਣਾਉਣੇ ਆ ਜੋ ਮਰਜ਼ੀ ਹੋ ਜਾਏ ਚਾਹੇ ਜ਼ਮੀਨ ਵੇਚੀ ਚਾਹੇ ਪੈਰੀ ਵੇਚੀ ਅਤੇ ਉਹਦੇ ਲਈ ਕੋਈ ਪ੍ਰੋਡਕਸ਼ਨ ਹਾਊਸ ਨਹੀਂ ਸੀ ਆਪ ਹੀ ਹਿੰਮਤ ਮਾਰੀ ਇੱਦਾਂ ਦਾ ਕੁਛ ਨਹੀਂ ਮੈਂ ਕਦੇ ਵੀ ਸ਼ਰਤਾਂ 'ਤੇ ਕਵਰ ਨਹੀਂ ਕਰਿਆ ਇਸੇ ਕਰਕੇ ਮੇਰੀ ਕੰਪਨੀ ਨਾਲ ਤਕਰਾਰ ਹੋਇਆ ਸੀ ਅਸੀਂ ਕੰਪਨੀ ਵਾਲਾ ਰਾਹ ਖੋਲ੍ਹਿਆ ਅੱਜ ਹਰ ਨੌਜਵਾਨ ਆਪਣੀ ਕੰਪਨੀ ਆਪ ਖੋਲ੍ਹਦਾ ਫਿਰ ਚੈਨਲ ਵਾਲਾ ਨਾਲ ਮੇਰੀ ਲੜਾਈ ਚੱਲੀ ਉਹ ਕਹਿੰਦੇ ਸੀ ਸਾਡੇ ਫ੍ਰੀ ਗਾਓ ਮੈਂ ਕਹਿੰਦਾ ਪੈਸੇ ਲਓ ਕਦੇ ਗਏ ਫ੍ਰੀ ਉਹਨਾਂ ਨੇ ਮੇਰੇ ਗਾਣੇ ਪੰਜ ਸੱਤ ਸਾਲ ਨਹੀਂ ਚੱਲਣ ਦਿੱਤੇ ਕੇਬਲ ਵਾਲਿਆਂ ਨੇ ਬੰਦ ਕਰੇ ਸਾਰਿਆਂ ਨੇ ਕਰੇ ਮੈਂ ਕਰ ਦੋ ਮੈਂ ਯੂਟਿਊਬ ਫੋਰਵਰਡ ਬਣਾਇਆ ਅੱਜ ਹਰ ਬੱਚਾ ਯੂਟਿਊਬ 'ਤੇ ਬੈਠਾ ਇਹ ਰਸਤੇ ਜ਼ਿੱਦ ਨਾਲ ਹੀ ਖੋਲ੍ਹਦੇ ਆ ਫਿਰ ਜਦੋਂ ਕਾਰਪੋਰੇਟਾਂ ਨਾਲ ਲੜਾਈ ਹੋਈ ਸਾਡੀ ਜਦੋਂ ਅਸੀਂ ਹਸ਼ਰ ਸਭ ਤੋਂ ਉੱਪਰ ਸਾਡੇ ਮਿੱਤਰਾਂ ਨੇ ਕਿਹਾ ਸਾਨੂੰ ਦੇ ਦਿਓ ਉਹ ਤੋਂ ਬਾਅਦ ਫਿਰ ਇਹ ਕੰਮ ਅਸੀਂ ਵਰਲਡ ਵਾਈਡ ਆਪ ਹੀ ਰਿਲੀਜ਼ ਕਰੀ ਸੋ ਕੰਮ ਜ਼ਿੱਦ 'ਚ ਨਿਕਲ ਦਿੰਦਾ ਔਰ ਜ਼ਿੱਦ 'ਚ ਫਿਰ ਘਰ ਬਾਰ ਨਹੀਂ ਦੇਖਿਆ ਜਾਂਦਾ ਫਿਰ ਦੇਖੋ ਦੋ ਚੀਜ਼ਾਂ ਛੋਟੇ ਭਾਈ ਸਕਰੀਨਾਂ ਕਈ ਵਾਰੀ ਘੱਟ ਮਿਲਦੀਆਂ ਇਹ 'ਚ ਕੋਈ ਸ਼ੱਕ ਨਹੀਂ ਜਦੋਂ ਕਿਉਂਕਿ ਥੀਏਟਰ ਵਾਲੇ ਵੀ ਉਸ ਤਰ੍ਹਾਂ ਹੀ ਤੁਹਾਨੂੰ ਸਕਰੀਨ ਦਿੰਦੇ ਕਿ ਉਹਨਾਂ ਦਾ ਹਾਲ ਖਾਲੀ ਨਾ ਰਹਿ ਜੇ ਔਰ ਅੱਜ ਕੱਲ੍ਹ ਓਪਨਿੰਗ ਦਾ ਜ਼ਮਾਨਾ ਪਹਿਲੇ 7 ਦਿਨ ਜੇ ਫਿਲਮ ਨੂੰ ਵੱਧ ਸਕਰੀਨਾਂ ਮਿਲ ਜਾਣ ਉਹ ਮਹੀਨੇ ਦਾ ਕੰਮ ਕਰ ਦਿੰਦੇ ਆ ਇਹਦੇ 'ਚ ਕੋਈ ਦੋ ਰਾਹ ਨਹੀਂ ਪਰ ਜੇ ਤੁਸੀਂ ਨਵੇਂ ਹੋ ਤੁਸੀਂ ਕੋਈ ਫਿਲਮ ਬਣਾਈ ਹੈ ਤਾਂ ਇਹਦਾ ਮਤਲਬ ਇਹ ਵੀ ਹੈ ਕਿ ਉਹਦੇ ਫਾਲਤੂ ਖਰਚੇ ਨਹੀਂ ਹੋਏ ਹੀਰੋ ਨੂੰ ਗਾਰੰਟੀ ਮਿਲਣ ਦੀ ਲੋੜ ਨਹੀਂ ਪਈ ਔਰ ਡਾਇਰੈਕਟਰ ਦੀ ਫੀਸ ਜ਼ਿਆਦਾ ਨਹੀਂ ਪ੍ਰਮੋਸ਼ਨ ਵੀ ਤੁਸੀਂ ਥੋੜ੍ਹੀ ਬਹੁਤ ਕਰ ਲਈ ਨਿੱਜੀ ਪਰ ਤੁਹਾਡੀ ਫਿਲਮ ਨੂੰ ਸਕਰੀਨ ਮਿਲ ਗਈ ਅਤੇ ਜੇ ਤੁਹਾਡੀ ਫਿਲਮ ਚੰਗੀ ਹੈ ਤਾਂ ਉਹਨੇ ਜਲਵਾ ਦਿਖਾ ਦੇਣਾ ਜਦੋਂ ਅਸੀਂ ਹਸ਼ਰ ਲਾਈ ਸੀ ਨਾ ਉਦੋਂ ਉਸੇ ਕੰਪਨੀ ਨੇ ਫਿਲਮ ਹੋਰ ਰਿਲੀਜ਼ ਕਰੀ ਸੀ ਕਰੋੜਾਂ ਇੱਥੇ ਪਟਿਆਲੇ 'ਚ ਨਾ ਉਹਨਾਂ ਨੇ ਸਾਡੇ ਲਈ ਛੋਟੀ ਸਕਰੀਨ 'ਤੇ ਕਰਤੀ ਉਹਦੇ ਵੱਡੀ ਸਾਥ ਤੋਂ ਬਾਅਦ ਉਹਨਾਂ ਦੀ ਲੱਗੀ ਸੀ ਅਤੇ ਮੈਂ ਪਤਾ ਨਹੀਂ ਮੋਹੂ ਕਹਿੰਦੇ ਕਈ ਵਾਰੀ ਸੱਚੀ ਗੱਲ ਭਾਖਿਆ ਪਾਓ ਪਾਰ ਉਹ ਮੈਂ ਕਿਹਾ ਇਹ ਚੱਲਣੀ ਚੁਲਣੀ ਨਹੀਂ ਆ ਵੱਡਾ ਹੀ ਖੋਲ੍ਹ ਦਿਓ ਥੀਏਟਰ ਵਾਲਿਆਂ ਨੂੰ ਮੈਂ ਕਿਹਾ ਸੀ ਅਤੇ 3 ਦਿਨ ਬਾਅਦ ਫਿਰ ਉੱਥੇ ਲਾਉਣੀ ਪਈ ਸੋ ਕੰਮ ਅਤੇ ਦ੍ਰਿੜ ਸੰਕਲਪ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ ਔਰ ਕਦੇ ਨਾ ਕਦੇ ਸ਼ੁਰੂਆਤ ਹੁੰਦੀ ਹੈ ਦੂਜੀ ਗੱਲ ਥੀਏਟਰ ਅਸੀਂ ਤਾਂ ਹਮੇਸ਼ਾ ਹੀ ਨਵੇਂ ਬੰਦਿਆਂ ਨੂੰ ਚਾਂਸ ਦਿੱਤਾ ਕੱਲ੍ਹ ਅਸੀਂ ਦਿੱਲੀ ਸੀ ਥੋੜ੍ਹਾ ਜਿਹਾ ਅਸੀਂ ਲੇਟ ਵੀ ਹੋਏ ਹੋਏ ਸੀ ਲੰਬੇ ਸਫ਼ਰ ਤੋਂ ਆਏ ਉੱਥੇ ਵੀ ਇੱਕ ਬੀਬਾ ਨੇ ਸਵਾਲ ਪੁੱਛਿਆ ਸੀ ਕਿ ਜਦੋਂ ਅਸੀਂ ਆਮ ਤੌਰ 'ਤੇ ਪੰਜਾਬੀ ਫਿਲਮਾਂ ਦੇਖਦੇ ਹਾਂ ਤਾਂ ਉਹਦੇ 'ਚ ਇੱਕ ਪੈਕੇਜ ਹੁੰਦਾ ਕਿ ਉਹੀ ਚਿਹਰੇ ਦੁਬਾਰਾ ਅਗਲੀ ਫਿਲਮ 'ਚ ਕੰਮ ਕਰਦੇ ਪਰ ਤੁਹਾਡੀ ਫਿਲਮ 'ਚ ਕੀ ਹੁੰਦੀ ਮੈਂ ਕਿਹਾ ਅਸੀਂ ਮਿੱਥ ਤੋੜ ਲਈ ਜਮੈਂ ਸਾਡਾ ਕੰਮ ਹੀ ਹੈ ਇਹ ਹਰ ਬੰਦੇ ਦਾ ਆਪਣਾ ਨਿੱਜੀ ਵਿਚਾਰ ਉਹਨਾਂ ਨੇ ਕੀ ਕਰਨਾ ਅਸੀਂ ਤਾਂ 4 ਸਾਲ ਪਹਿਲਾਂ ਸ਼ੁਰੂ ਕਰੀ ਸੀ ਕੁਛ ਆਪਸੀ ਮਤਭੇਦ ਕਰਕੇ ਸ਼ਾਇਦ ਕੁਛ ਰੁਕੀ ਹੋਈ ਸੀ ਕੋਈ ਡਾਇਰੈਕਸ਼ਨ ਟੀਮ ਅਤੇ ਪ੍ਰੋਡਕਸ਼ਨ ਟੀਮ ਕੁਛ ਚੀਜ਼ਾਂ ਹੋਰ ਤਰ੍ਹਾਂ ਕਰਨੀਆਂ ਚਾਹੁੰਦੇ ਸੀ ਦੂਜੇ ਇੱਦਾਂ ਕੁਛ ਕਰਕੇ ਰੁਕੀ ਅਸੀਂ ਇਸ ਲਹਿਰ 'ਚ ਨਹੀਂ ਫਿਲਮ ਬਣਾਈ ਕਿ ਹੁਣ ਇੱਦਾਂ ਦੀਆਂ ਬਣਦੀਆਂ ਤੁਸੀਂ ਦੱਸੋ ਅਗਲੀ ਕਿਹੜੀ ਬਣਾਉਣੀ ਆਪਾਂ ਉੱਥੇ ਬਣਾ ਦਾਂਗੇ ਕੋਈ ਚਿੰਤਾ ਹੀ ਨਹੀਂ ਜੋ ਤੁਸੀਂ ਕਹੋ ਦੇਖੋ ਇਹ ਨਹੀਂ ਪਤਾ ਸਾਡੇ ਲਈ ਮੇਰੇ ਲਈ ਧਰਮ ਆਸਥਾ ਔਰ ਅਸੀਂ ਤਾਂ ਗੀਤਾਂ 'ਚ ਵੀ 20 ਸਾਲ ਤੋਂ ਇੱਕੋ ਜ਼ਿਕਰ ਹੈ ਜਿਹੜੀ ਚੀਜ਼ ਦੀ ਖਿਲਾਫ਼ ਤੋਂ ਖਿਲਾਫ਼ ਤਾਂ ਕੱਲ੍ਹ ਵੀ ਸੀ ਅੱਜ ਵੀ ਹੈ ਇੱਕੋ ਦਰ 'ਤੇ ਮੱਥਾ ਟੇਕਿਆ ਬਾਬੇ ਦੇ ਬਸ ਤੋ ਧਾਰਮਿਕ ਮੈਨੂੰ ਬਣਨੀਆਂ ਚਾਹੀਦੀਆਂ ਕੋਈ ਤਾਂ ਜ਼ਰੂਰੀ ਗੱਲ ਹੈ ਕੋਈ ਕਿਸ ਤਰ੍ਹਾਂ ਬਣਾ ਰਿਹਾ ਇਹ ਨਹੀਂ ਮੈਨੂੰ ਪਤਾ ਪਰ ਬਣਨੀਆਂ ਚਾਹੀਦੀਆਂ ਅੱਛੀ ਗੱਲ ਹੈ ਮਾਰਧਾੜ ਜੇ ਬੇਲੋੜੀ ਮਾਰਧਾੜ ਵਾਲੀ ਜਿਹੜੀ ਫਿਲਮ ਉਹਦੇ ਨਾਲ ਧਾਰਮਿਕ ਫਿਲਮ ਅੱਛੀ ਹੈ ਸਾਡੇ ਜਿਹੜੇ ਨਵੇਂ ਬੱਚੇ ਆ ਉਹ ਜੁੜਨਗੇ ਕਿਸੇ ਨਾ ਕਿਸੇ ਤਰੀਕੇ ਉਹਦੇ ਨਾਲ ਸਮਾਜ ਨਾਲ ਖੜ੍ਹਨ ਦਾ ਅਤੇ ਬੁਰਾਈਆਂ ਖਿਲਾਫ਼ ਲੜਨ ਦਾ ਜਿਸ ਵਾਪ ਬਣਦਾ ਤਾਂ ਅੱਛੀ ਗੱਲ ਹੈ ਕੋਈ ਰੁਕ ਸਕਦਾ ਇਹਦੇ ਲਈ ਸੈਂਸਰ ਬੋਰਡ ਬਣਿਆ ਹੁੰਦਾ ਭਾਅ ਜੀ ਉਹ ਆਲ ਇੰਡੀਆ ਦਾ ਹੀ ਹੁੰਦਾ ਸਟੇਟ ਵਾਈਜ਼ ਨਹੀਂ ਹੁੰਦਾ ਸਟੇਟ ਆਪਣੇ ਪੱਧਰ 'ਤੇ ਕਿਸ ਤਰ੍ਹਾਂ ਦਾ ਡਿਸੀਜ਼ਨ ਲੈਂਦੀ ਉਹ ਅਲੱਗ ਗੱਲ ਹੈ ਪਰ
ਸਿਨਮੇ ਦੇਖੋ ਕਈ ਚੀਜ਼ਾਂ ਇਹਦੇ 'ਚ ਬਹੁਤ ਚੀਜ਼ਾਂ ਫਿਰ ਕੋਰਟ ਜਾ ਕੇ ਖੁੱਲ ਜਾਂਦੀਆਂ ਕਿਉਂਕਿ ਬੰਦੇ ਦੀ ਨਿੱਜੀ ਆਜ਼ਾਦੀ ਹੈ। ਔਰ ਸਿਨਮਾ ਇੱਕ ਕਲਪਨਾ ਹੈ, ਕਲਪਨਾ ਜਿੱਥੇ ਅਸੀਂ ਕਿਸੇ ਵੀ ਤਰ੍ਹਾਂ ਦੀ ਕਲਪਨਾ ਕਰ ਸਕਦੇ ਹਾਂ। ਜਿਸ ਹਿਸਾਬ ਨਾਲ ਦੁਨੀਆ ਖੁੱਲਦੀ ਹੈ ਇਹ ਚੀਜ਼ਾਂ ਮਾਣੇ ਨਹੀਂ ਰੱਖਦੀ, ਕਿਸੇ ਦੇ ਆਖਿਆ ਕੋਈ ਚਿੱਟੇ 'ਤੇ ਨਹੀਂ ਲੱਗਦਾ, ਆਪਦੇ ਕੀੜਾ ਉੱਠਦਾ ਫਿਰ ਬੰਦਾ ਚਿੱਟਾ ਕਰਦਾ, ਤੁਹਾਨੂੰ ਨਹੀਂ ਕੋਈ ਲਾ ਦਿੰਦਾ, ਸਾਨੂੰ ਨਹੀਂ ਕੋਈ ਲਾ ਦਿੰਦਾ। ਔਰ ਇਹ ਵੱਖਰੀ ਗੱਲ ਹੈ ਕਿ ਜਦੋਂ ਬੰਦਾ ਉਸ ਦਰਦ 'ਚ ਫਸ ਜਾਂਦਾ ਫਿਰ ਉਹ ਵਿਚਾਰਗੀ ਦਾ ਪਾਤਰ ਬਣਦਾ, ਤਾਂ ਇੱਦਾਂ ਦਾ ਕੁਛ ਨਹੀਂ ਹੁੰਦਾ। ਇਹ ਖਬਰ ਹੈ ਜਿੱਦਾਂ ਤੁਸੀਂ ਲਾਉਣੀ ਹੈ ਕੱਲ੍ਹ ਸਵੇਰੇ ਐਂ ਬਣਾ ਕੇ ਕਿਹਾ ਸੀ, ਇੱਦਾਂ ਦਾ ਕੁਛ ਨਹੀਂ, ਕਲਪਨਾ ਹੈ। ਕਲਪਨਾ ਤਾਂ ਹੁਣ ਅਸੀਂ ਇੱਥੇ ਬੈਠ ਕੇ ਅਗਲੀ ਸਿਵਲਾਈਜੇਸ਼ਨ ਜੋ ਉਹਨੂੰ ਵੀ ਕਰ ਸਕਦੇ ਹਾਂ, ਅਸੀਂ ਕਿਸੇ ਹੋਰ ਪਲੈਨਟ 'ਤੇ ਇਮੈਜਿਨ ਕਰ ਸਕਦੇ ਹਾਂ। ਔਰ ਇਹ ਕੁਆਂਟਮ ਸਾਇੰਸ ਵੀ ਹੈ ਕਿ ਜਿਸ ਤਰ੍ਹਾਂ ਦੀ ਅਸੀਂ ਇਮੈਜੀਨੇਸ਼ਨ ਕਰਦੇ ਕਈ ਵਾਰੀ ਅੱਛੀਆਂ ਚੀਜ਼ਾਂ ਵੀ ਨਿਕਲਣ ਉਹਦੇ 'ਚੋਂ। ਪਹਿਲਾ ਸਵਾਲ ਤੁਹਾਡਾ ਵੀ ਬਾਹਰ ਕਿਉਂ ਜਾਣਾ ਹੈ? ਹੁਣ ਆਪਾਂ ਸਾਰੇ ਪੰਜਾਬ 'ਚ ਬੈਠੇ ਹਾਂ, ਹੁਣ ਤੁਸੀਂ ਇਹ ਦੱਸੋ ਵੀ ਆਪਾਂ ਇੱਥੇ ਕਿਉਂ ਬੈਠੇ ਹਾਂ? ਇਸ ਵੇਲੇ ਬਸੀ ਫਿਰ ਇੱਥੋਂ ਤੁਰ ਕੇ ਜੇ ਗਏ ਤਾਂ ਮਾਇਆਨ ਕਬੀਲਾ ਵਸਿਆ, ਫਿਰ ਜੇ ਇੱਥੋਂ ਤੁਰ ਕੇ ਗਏ ਤਾਂ ਜਿਹੜੇ ਐਬੋ ਆਸਟ੍ਰੇਲੀਆ ਨਿਊਜ਼ੀਲੈਂਡ ਮੌਰੀਜ਼ ਹੈ, ਫਿਰ ਉੱਥੇ ਸਿਵਲਾਈਜੇਸ਼ਨ ਹੋਈ, ਫਿਰ ਇੱਥੋਂ ਵਰਤ ਕੇ ਵਾਪਸ ਜੇ ਗਏ ਤਾਂ ਵਾਈਕਿੰਗ ਜਨਰੇਸ਼ਨ ਪੈਦਾ ਹੋਈ, ਫਿਰ ਉੱਥੋਂ ਇੱਕ ਸੀਥੀਅਨ ਰੇਸ ਪੈਦਾ ਹੋਈ, ਫਿਰ ਇੱਧਰ ਵਾਪਸ ਆਏ। ਇਹ ਜ਼ਿੰਦਗੀ ਬੇਸਿਕਲੀ ਜਿਹੜਾ ਪਲੈਨਟ ਹੈ ਟਰੈਵਲਿੰਗ ਲਈ ਹੈ, ਔਰ ਚੰਗੀਆਂ ਜਿੱਥੇ ਸੰਭਾਵਨਾਵਾਂ ਹੁੰਦੀਆਂ ਉੱਥੇ ਇਨਸਾਨ ਜਾਂਦਾ। ਇੱਕ ਘਰ 'ਚ ਜੇ ਦੋ ਬੱਚੇ ਹੈ ਤਾਂ ਇੱਕ ਨੂੰ ਚਲੇ ਜਾਣਾ ਚਾਹੀਦਾ, ਉਹਦੇ ਨਾਲ ਘਰ ਦੀ ਮਾਲੀ ਹਾਲਤ ਸੁਧਰਦੀ ਹੈ। ਦੁਆਬੇ ਦੇ ਲੋਕ ਸਭ ਤੋਂ ਪਹਿਲਾਂ ਬਾਹਰ ਚਲੇ ਗਏ ਸੀ, ਇਸ ਕਰਕੇ ਉੱਥੇ ਪਹਿਲਾਂ ਅੱਛੇ ਮਕਾਨ, ਉਸ ਤਰ੍ਹਾਂ ਦਾ ਥੋਟ ਨਜ਼ਰੀਆ ਬਣ ਗਿਆ। ਪਰ ਮੈਨੂੰ ਲੱਗਦਾ ਜਾਣਾ ਬੁਰਾ ਨਹੀਂ, ਹਾਂ ਆਪਣੇ ਅਤੀਤ ਨੂੰ ਨਾ ਛੱਡੋ ਨਾ ਭੁੱਲੋ, ਅਤੇ ਕੋਸ਼ਿਸ਼ ਕਰੋ ਕਿ ਜੇ ਇੱਕ ਪਰਿਵਾਰ ਦਾ ਮੈਂਬਰ ਜਾਂਦਾ ਵੀ ਹੈ ਤਾਂ ਦੂਜੇ ਇੱਥੇ ਰਹਿ ਕੇ ਸੇਵਾ ਕਰੇ। ਔਰ ਤੁਸੀਂ ਗੱਲ ਕਰਦੇ ਹੋ ਨਸ਼ੇ ਦੀ, ਨਸ਼ਾ ਸਦਾ ਤੋਂ ਹੀ ਹੈ ਮੀਡੀਆ 'ਚ, ਹੋਰ ਜਿੱਦਾਂ ਗੱਲ ਛੇਤੀ ਫੈਲ ਜਾਂਦੀ ਹੈ। ਨਸ਼ਾ ਕਿੱਥੇ ਨਹੀਂ, ਤੁਸੀਂ ਕੈਨੇਡਾ ਦੇ ਡਾਊਨ ਟਾਊਨ ਚਲ ਜਾਓ, ਉੱਥੇ ਮੇਨ ਸਟਰੀਟਸ 'ਤੇ ਤੁਹਾਨੂੰ ਨਸ਼ੇ ਵਾਲੇ ਮਿਲਣਗੇ। ਇੱਥੇ ਤਾਂ ਲੋਕੇ ਵੇਚਦੇ, ਉੱਥੇ ਤਾਂ ਸ਼ਰਿਆਂ ਵੀ ਵੇਚਦੇ। ਤੁਸੀਂ ਨਿਊਯਾਰਕ ਚਲੇ ਜਾਓ, ਵੱਡੇ ਵੱਡੇ ਕੰਪਨੀਆਂ ਦੇ ਸਟੋਰ ਬੰਦ ਹੋ ਜਾਂਦੇ ਹਨ ਕਿਉਂਕਿ ਉਹ ਹਿਊਮਨ ਰਾਈਟਸ ਹੈ, ਉਹਨਾਂ ਨੂੰ ਚੱਕ ਨਹੀਂ ਸਕਦੇ ਤੁਸੀਂ। ਸੋ ਨਸ਼ੇ ਦਾ ਫਾਰਮੈਟ ਬਦਲ ਗਿਆ। ਪਹਿਲਾਂ ਲੋਕ ਸ਼ਰਾਬ ਪੀ ਲੈਂਦੇ ਸੀ, ਫਿਰ ਹੌਲੀ ਹੌਲੀ ਅਫੀਮ ਆ ਗਈ, ਫਿਰ ਬੰਦਾ ਸੋਚਦਾ ਮੈਂ ਠੇਕੇ ਜਾਊਂਗਾ, ਪੈਕ ਲਿਆਊਂਗਾ, ਫਿਰ ਹੁਣ ਉਹਨਾਂ ਨੂੰ ਘਰ ਹੋਮ ਡਿਲੀਵਰੀ ਅਵੇਲੇਬਲ ਹੋ ਗਈ। ਦੇਖੋ ਇੰਟਰਨੈਟ ਦੇ ਜਿੰਨੇ ਫਾਇਦੇ ਆ, ਫਿਰ ਇਹਦੇ ਨੁਕਸਾਨ ਵੀ ਆ। ਪਹਿਲਾਂ ਔਨਲਾਈਨ ਅੱਛੀਆਂ ਚੀਜ਼ਾਂ ਮਿਲਦੀਆਂ ਸੀ, ਹੁਣ ਨਸ਼ਾ ਵੀ ਸਪਲਾਈ ਹੋਣ ਲੱਗ ਗਿਆ। ਇਹਦੇ ਲਈ ਪਹਿਲੀ ਗੱਲ ਤਾਂ ਹੈ ਵੀ ਇਹਦੇ ਲਈ ਆਪਾਂ ਇੱਕ ਦੂਜੇ ਨੂੰ ਕਹਾਂਗੇ, ਨਾ ਤੁਸੀਂ ਰੋਕ ਸਕਦੇ, ਨਾ ਮੈਂ ਰੋਕ ਸਕਦਾ, ਨਾ ਸਰਕਾਰ ਰੋਕ ਸਕਦੀ। ਇਹਦੇ ਲਈ ਪਿੰਡ ਪੱਧਰ 'ਤੇ ਮੁਹਿੰਮ ਚੱਲੂਗੀ ਤਾਂ ਹੀ ਰੋਕਣਗੇ। ਜੇ ਪਿੰਡ ਦੀ ਪੰਚਾਇਤ ਦੇ ਤਹੱਈਆ ਕਰ ਲਏ ਕਿ ਸਾਡੇ ਪਿੰਡ ਦਾ ਜਿਹੜਾ ਬੰਦਾ ਹੋਊਗਾ ਉਹਦਾ ਬਾਈਕਾਟ ਹੋਊਗਾ, ਜਾਂ ਗੌਰਮੈਂਟ ਜੋਬ ਨਹੀਂ ਮਿਲੂਗੀ ਉਹਨੂੰ, ਉਹਦਾ ਰੈਕਰਡ ਖਰਾਬ ਹੋਊਗਾ, ਜਾਂ ਉਹਦਾ ਲਾਈਸੈਂਸ ਹੀ ਨਹੀਂ ਬਣੂਗਾ ਜ਼ਿੰਦਗੀ ਭਰ ਲਈ। ਇਸ ਤਰ੍ਹਾਂ ਦੇ ਵਿਧੀਆਂ ਨਾਲ ਇੱਕ ਸਮਾਜ ਜਿਹੜੀ ਕੁਰੀਤੀ ਹੈ ਉਹਨੂੰ ਫੋਰਸਫੁਲੀ ਵੀ ਦਬਾਉਣਾ ਪੈਂਦਾ। ਕਈ ਵਾਰੀ ਸਤੀ ਦੀ ਪ੍ਰਥਾ ਕਦੇ ਵੀ ਨਹੀਂ ਸੀ ਖਤਮ ਹੋਈ, ਕਿੰਨੇ ਸਾਡੇ ਬਜ਼ੁਰਗਾਂ ਨੇ ਕਿੰਨਾ ਇਹਦੇ ਖਿਲਾਫ ਆਵਾਜ਼ ਉਠਾਈ, ਅਖੀਰ ਜਦੋਂ ਫਿਰ ਅੰਗਰੇਜ਼ਾਂ ਦੇ ਰਾਜ 'ਚ ਇੱਕ ਕਾਨੂੰਨ ਬਣਿਆ, ਫਿਰ ਇਹ ਖਤਮ ਹੋ ਗਈ। ਇਹ ਡਿਪੈਂਡ ਕਰਦਾ ਬਾਬਾ ਜੀ ਵੀ ਡਾਇਰੈਕਸ਼ਨ ਟੀਮ ਜਾਂ ਕਹਾਣੀ ਕਿਸ ਤਰ੍ਹਾਂ ਦੀ ਸਿਰ ਦੇ ਦਿਓ। ਇਹ ਵੀ ਕੋਈ ਜ਼ਰੂਰੀ ਨਹੀਂ ਕਿ ਜੇ ਇੱਕ ਵਾਰੀ ਚਾਹੁਣ ਵਾਲਿਆਂ ਨੂੰ ਕੋਨਸੈਪਟ ਪਸੰਦ ਆ ਗਿਆ ਅਤੇ ਅਗਲੀ ਵਾਰੀ ਉੱਦਾਂ ਦਾ ਹੀ ਕਰਨਗੇ। ਕਹਾਣੀ ਕਿੱਦਾਂ ਦੀ ਹੈ? ਕਹਾਣੀ ਛੋਟੀ ਜਿਹੀ ਹੈ ਤਾਂ ਉਹਦਾ ਸਕਰੀਨ ਪਲੇ ਕਿੱਦਾਂ ਦਾ? ਫਿਲਮ 'ਚ ਜੇ ਆਪਾਂ ਇਕੱਲੀ ਨਰੇਸ਼ਨ ਕਰਦੀ ਹੈ ਕਹਾਣੀ ਦੀ, ਉਹਦੇ ਲਈ ਵੀ ਦਰਸ਼ਕ ਨਹੀਂ ਬੈਠਦੇ 2 ਘੰਟੇ। ਸਕਰੀਨ ਪਲੇ ਕਿਸ ਤਰ੍ਹਾਂ ਡਿਜ਼ਾਇਨ ਕਰਿਆ, ਸਾਰੀ ਫਿਲਮ ਉਹਦੇ 'ਤੇ ਖੜੀ ਹੁੰਦੀ ਹੈ। ਤੋ ਅੱਛੀਆਂ ਅੱਛੀਆਂ ਫਿਲਮਾਂ ਸਾਰੇ ਕੋਸ਼ਿਸ਼ ਕਰਨ ਤਾਂ ਬਣ, ਮਾੜੀ ਤਾਂ ਕੋਈ ਵੀ ਨਹੀਂ ਬਣਾਉਂਦਾ ਸੋਚ ਕੇ।
ਹਲਕੀ ਫੁਲਕੀ ਕਈ ਵਾਰੀ ਕਹਿੰਦਾ ਸੌਖੀ ਬਣ ਜਾਂਦੀ ਕਾਮੇਡੀ ਫਿਲਮ, ਉਹਦੇ 'ਤੇ ਉਸ ਤਰ੍ਹਾਂ ਦਾ ਅੰਤਰ ਨਹੀਂ ਹੁੰਦਾ। ਪਰ ਜਿਹੜੀ ਟਾਈਮ ਪੀਰੀਅਡ ਫਿਲਮ ਹੈ ਇਹਦੇ 'ਚ ਬਰੀਕੀ ਬਹੁਤ ਹੁੰਦੀ ਹੈ, ਇਹਦੇ 'ਚ ਡਿਜ਼ਾਇਨਿੰਗ ਕੱਪੜੇ ਇਹਦੇ 'ਚ ਮਤਲਬ ਡਾਇਰੈਕਟਰ ਦਾ ਕੰਮ ਬਹੁਤ ਵੱਧ ਜਾਂਦਾ ਹੈ, ਕੈਂਠਾ ਕਿੱਦਾਂ ਦਾ ਪਾਉਣਾ ਹੈ, ਜੁੱਤੀ ਕਿੱਦਾਂ ਦੀ ਚਾਹੀਦੀ ਹੈ, ਚਾਦਰ ਦੇ ਵਲ ਕਿੱਦਾਂ ਦੇ। ਇਸ ਕਰਕੇ ਹਰ ਬੰਦਾ ਭਜਦਾ ਕਿ ਜਿਹੜੇ ਪਿੰਡ 'ਚ ਜਮੇ ਬੜੇ ਨੌਜਵਾਨ ਹੈ ਡਾਇਰੈਕਟਰ ਹਨ, ਉਹ ਇਹ ਚੀਜ਼ ਨੂੰ ਹੱਥ ਪਾ ਲੈਂਦੇ ਆ, ਸਿਟੀ ਬੋਆਏ ਕਈ ਵਾਰੀ ਨਹੀਂ ਕਰ ਪਾਉਂਦਾ। ਨਹੀਂ ਅੱਛੀ ਫਿਲਮ ਹੈ, ਪਹਿਲਾਂ ਟਾਈਮ ਪੀਰੀਅਡ ਨਹੀਂ ਸੀ, ਬੜੀ ਹਵਾਏ ਬਣਾਈ ਸੀ, ਜਿਹੜਾ ਸੀ ਤੁਹਾਨੂੰ ਚੰਗੀ ਲੱਗੀ ਸੀ। ਉਹ ਹਰ ਫਿਲਮ ਦਾ ਇੱਕ ਅਲੱਗ ਨਜ਼ਰੀਆ ਹੁੰਦਾ, ਤੁਸੀਂ ਦੱਸ ਰਹੇ ਤਾਂ ਬਾਅਦ ਚੋਂ ਕਿੱਦਾਂ ਦੀ ਲੱਗੀ ਤੁਹਾਨੂੰ ਇਹ ਕਾਨਫਰੰਸ, ਆਪਾਂ ਫਿਲਮ ਤੋਂ ਬਾਅਦ ਕਰੀਏ ਕਿ ਤੁਹਾਡੇ ਰਿਵਿਊ ਲੈ ਸਕਦੇ ਸੀ। ਮੈਂ ਪੂਰੇ ਮਤਲਬ ਚੱਪਾ ਚੱਪਾ ਛਾਣਿਆ ਹਰ ਸ਼ਹਿਰ ਦਾ, ਮੇਰਾ ਤਾਂ ਨਿੱਜੀ ਸ਼ਹਿਰ ਹੈ, ਮੈਂ ਤੁਹਾਨੂੰ ਚੰਗਾ ਚੰਗਾ ਤੁਹਾਡੇ ਰਾਜਾ ਨੇ ਚੰਗਾ ਰੁਪਈਆ ਲਾਇਆ, ਆਮ ਬੰਦੇ ਤਾਂ ਮਾਰੀਆ ਦੰਦੇ ਮਰ ਗਏ, ਥੋੜੇ ਜਿਹੇ ਬੰਦੇ ਨਜ਼ਾਰਾ ਲੈ ਗਏ, ਸਾਰੇ ਪਿੰਡ ਹੀ ਸਾਡੇ। ਤੁਸੀਂ ਗੱਲਾਂ ਕਰਨਾ ਕਿਉਂ ਸਮਝਦੇ, ਅਸੀਂ ਤਾਂ ਕਦੇ ਵੀ, ਮੈਂ ਤਾਂ ਜਦੋਂ ਤੱਕ ਗਾਉਣ ਲੱਗਿਆ ਮੈਂ ਆਪਣੇ ਆਪ ਨੂੰ ਕੱਢ ਕੇ ਪੰਜਾਬ ਦੀ ਗੱਲ ਕਰਦਾ, ਪੰਜਾਬ ਪੰਜਾਬੀਅਤ ਜ਼ਿੰਦਾਬਾਦ। ਸੋ ਪਿੰਡ ਕਸਬੇ ਤਾਂ ਬਣ ਗਏ ਏਕੋ ਕੋਈ ਲੈ ਕਿ ਮੈਂ ਇਸ ਦੇਖੋ ਹੁਣ ਉਹਦੀ ਇੱਕ ਵਜ੍ਹਾ, ਅਸੀਂ ਇਸ ਲਈ ਨਹੀਂ ਸੀ ਜਾ ਰਹੇ ਕਿ ਸ਼ਾਇਦ ਤੁਸੀਂ ਖਬਰ ਲਾਉਣੀ ਸੀ ਘੁੰਮਾ ਕੇ ਵੀ ਫਿਲਮ ਚਲਾਉਣ ਲਈ ਡਰਾਮਾ ਕਰਦੇ ਹਾਂ, ਅਤੇ ਅਸੀਂ ਡਰਾਮੇ ਲਈ ਨਹੀਂ ਜਾਣੇ ਜਾਂਦੇ ਅਤੇ ਨਾ ਇਸ ਤਰ੍ਹਾਂ ਦਾ ਸ਼ੌਕ ਹੈ। ਫਿਰ ਉਹ ਪਿੰਡ ਵਾਲੇ ਜਿਹੜੇ ਇੱਥੇ ਨੌਜਵਾਨ ਸੀ ਉਹਨਾਂ ਨਾਲ ਜਦੋਂ ਰਾਬਤਾ ਆਇਆ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਕਿਹਾ ਵੀ ਤੁਸੀਂ ਇੱਕ ਵਾਰੀ ਇਨਵਾਈਟ ਕਰੋ ਫਿਰ ਅਸੀਂ ਆ ਜਾਵਾਂਗੇ ਚੰਗੇ ਲੱਗਦੇ, ਨਹੀਂ ਤਾਂ ਫਿਰ ਫਿਲਮ ਤੋਂ ਬਾਅਦ ਆਵਾਂਗੇ। ਪਰ ਜੇ ਅਸੀਂ ਜਾਵਾਂਗੇ ਤਾਂ ਉਸ ਪਿੰਡ ਦੇ ਪਹਿਲਾਂ ਗੁਰੂ ਘਰੇ ਮੱਥਾ ਟੇਕ ਕੇ ਫਿਰ ਪੰਚਾਇਤ ਨੂੰ ਮਿਲ ਕੇ ਆਵਾਂਗੇ। ਇਹ ਦੋ ਚੀਜ਼ਾਂ ਆਗੀਆਂ ਛੋਟੇ ਵੀਰ। ਹੁਣ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਤਾਂ ਹੋਵੇ, ਪਰ ਜਿਹੜੇ ਨਾਮ ਜਥੇਬੰਦੀ ਉਹਨਾਂ ਦਾ ਅਲੱਗ ਥੋਟ ਹੈ। ਫਿਰ ਇੱਕ ਨਾਮ ਸਿੰਘ ਵੀ ਚਾਹੀਦਾ, ਉਹ ਸਾਡੇ ਕੋਲ ਹੈਗਾ ਸਾਡੇ ਸੱਜਣ ਮਿੱਤਰ, ਅਸੀਂ ਇਹਨਾਂ ਸਾਨੂੰ ਤੁਸੀਂ ਕਹੋ ਸਰਕਾਰ ਬਣਾਵੇ ਇੱਦਾਂ ਦਾ ਸੈਂਸਰ ਬੋਰਡ, ਅਤੇ ਜਿਹਦੇ 'ਚ ਨਾਮ ਸਿੰਘ ਵੀ ਹੋਣੇ ਚਾਹੀਦੇ, ਗੁਰਸਿੱਖ ਹੋਣੇ ਚਾਹੀਦੇ, ਗੁਰਸਿੱਖ ਮਤਲਬ ਪੂਰਨ ਗੁਰਸਿੱਖ, ਉਸ ਤਰ੍ਹਾਂ ਇਹ ਨਾ ਹੋ ਵੀ ਕਿਸੇ ਦੇ ਪ੍ਰਭਾਵ ਹੇਠ ਕੰਮ ਕਰੇ, ਉਹ ਫਿਰ ਅਕਾਲੀ ਫੂਲਾ ਸਿੰਘ ਸਾਹਿਬ ਵਰਗੇ ਹੋਣੇ ਚਾਹੀਦੇ ਕੋਈ। ਅਕਾਲੀ ਫੂਲਾ ਸਿੰਘ ਦਾ ਮਤਲਬ ਉਸ ਤੋਂ ਬਾਅਦ ਤਾਂ ਪੰਜਾਬੀਆਂ ਦੀ ਮਤਲਬ ਕਹਾਣੀ ਖਤਮ ਹੈ, ਮਤਲਬ ਉਹ ਤੋਂ ਉੱਤੇ ਕੁਝ ਹੋ ਹੀ ਨਹੀਂ ਸਕਦਾ, ਉਹ ਤੋਂ ਵੱਡੇ ਜਥੇਦਾਰ ਹੋ ਹੀ ਨਹੀਂ ਸਕਦੇ। ਤੁਸੀਂ ਪੂਰਾ ਇਤਿਹਾਸ ਪੜ੍ਹ ਲਓ, ਉਹ ਇੱਕ ਹੀ ਸੀ। ਦੇਖੋ ਜੀ, ਇਹ ਤਾਂ ਹੁਣ ਸਵਾਲ ਦਾ ਕਿਹੜੇ ਗੋਲ ਹੋਣੇ ਚਾਹੀਦੇ ਨੇ, ਮੈਨੂੰ ਲੱਗਦਾ ਮਾਨ ਸਾਹਿਬ ਤੁਸੀਂ ਜਵਾਬ ਦਿਓ ਜੀ, ਮੈਂ ਇਸ ਖਬਰ ਨਹੀਂ, ਮੈਂ ਫਸ ਜਾਗਾ। ਟਿੱਟਾ ਸਵਾਲ ਹੈ ਕਿ ਬੱਚੇ ਇਹ ਉਲਝਦੇ ਹੈ, ਘਰ ਤਾਂ ਪੂਰੀ ਤਿਆਰੀ ਕਰਕੇ ਆਉਂਦੇ ਹੈ। ਮੈਂ ਇਹਨਾਂ ਨੂੰ ਕਹਿਣਾ ਹੁੰਦਾ ਵੀ ਕਿਤਾਬਾਂ ਹੋਰ ਵੱਧ ਪੜ੍ਹਦੇ ਪਏ। ਔਰਤ ਇਹ ਕਹਾਣੀ ਕਿਉਂ ਬਣੀ ਹੈ, ਇਹ ਬਲਵੀਰ ਕੌਰ ਦਾ ਕਿੱਸਾ ਹੈ, ਔਰ ਉਹਦਾ ਉਹਦੇ ਕਿਰਦਾਰ ਦਾ ਜਿਹੜਾ ਬਦਲ ਜਾਣਾ ਇਹ ਇੱਕ ਕਹਾਣੀ ਹੈ। ਪਰ ਸਾਡੀ ਫਿਲਮ ਉਹਨੂੰ ਬਦਕਾਰ ਨਹੀਂ ਦਿਖਾ ਰਹੀ, ਉਹਦੀ ਜਿਹੜੀ ਪਹਿਲੀ ਜ਼ਿੰਦਗੀ ਹੈ ਉਹ ਇੱਕ ਆਮ ਬੱਚੀ ਵਰਗੀ, ਆਮ ਲੜਕੀ ਵਰਗੀ ਹੈ। ਉਹਦੇ ਕੁਛ ਅਰਮਾਨ ਹੈ ਜਿਹੜੇ ਉਹਦੇ ਪਰਿਵਾਰ ਨੇ ਜ਼ਬਰਦਸਤੀ ਸ਼ਾਦੀ ਕਰਕੇ ਨਹੀਂ ਪੂਰੇ ਹੋਣ ਦਿੱਤੇ, ਉਹਦੀਆਂ ਕੁਛ ਤਮੰਨਾਵਾਂ ਜਿਵੇਂ ਹਰ ਬੱਚੇ ਦੀਆਂ ਹੁੰਦੀਆਂ, ਉਸ ਵਕਤ ਇਹ ਸੰਭਾਵਨਾਵਾਂ ਪੋਸੀਬਲ ਨਹੀਂ ਸੀ। ਅੱਜ ਤਾਂ ਟਿਕਟੋਕ 'ਤੇ ਕੋਈ ਵੀ ਭੰਗੜਾ ਪਾਉਂਦਾ, ਉਦੋਂ ਪੋਸੀਬਲ ਨਹੀਂ ਸੀ। ਔਰ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਇਹ ਸੀ ਕਿ ਜਿਸ ਪਿੰਡ ਤੁਹਾਡਾ ਵਿਆਹ ਹੋਇਆ ਹੈ ਉਸ ਪਿੰਡ ਤੁਹਾਡਾ ਕਿਰਦਾਰ ਖੁਸ਼ੀ ਹੋ ਜਾਣੀ, ਉਸ ਕਰਕੇ ਇਹ ਪੂਰਾ ਕਿੱਸਾ ਵਾਪਰਿਆ ਸੀ। ਉਹਦਾ ਜਿਹੜਾ ਅਤੀਤ ਨਹੀਂ ਸੀ ਬੈਠ, ਪਰਿਸਥਿਤੀਆਂ ਨੇ ਉਹਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ। ਲੇਕਿਨ ਐਸਾ ਮੁੰਡਾ ਨਵਾਂ ਅਜੇ ਸੰਗਦਾ, ਦੇਖੋ ਜੀ ਸੰਗਦਾ, ਜਿੱਦਾਂ ਜਦੋਂ ਨਾ ਸਿਆਣੇ ਕਹਿੰਦੇ ਆ ਕਿ ਤੁਹਾਡੇ ਸਾਹਮਣੇ ਸਮਝਦਾ ਸੂਝਵਾਨ ਲੋਕ ਬੈਠੇ ਹੋ, ਉਹਨਾਂ ਨੂੰ ਸੁਣਨਾ ਚਾਹੀਦਾ ਜੀ।
ਛੋਟੀ ਥੋੜੀ ਹਲਕੀ ਗੱਲ ਕਈ ਵਾਰ ਸਾਰੀ ਉਮਰ ਦੇ ਲਈ ਭਾਰੂ ਪੈ ਜਾਂਦੀ ਆ। ਜਿੱਦਾਂ ਭੈਣ ਗੱਲ ਕਰ ਰਹੀ ਸੀ ਕਿ ਔਰਤ ਦੇ ਕਿਰਦਾਰ ਦੀ, ਮੈਂ ਤੁਹਾਨੂੰ ਇਹ ਗੱਲ ਦਾ ਦਾਵਾ ਕਰਦਾ ਭੈਣ, ਇਹ ਫਿਲਮ ਦੇਖ ਕੇ ਜਦੋਂ ਤੁਸੀਂ ਨਿਕਲੋਗੇ, ਖਾਸ ਕਰਕੇ ਔਰਤਾਂ ਨੂੰ ਮਾਣ ਹੋਵੇਗਾ ਕਿ ਪਹਿਲੀ ਵਾਰ ਬਲਬੀਰ ਉਹਦੇ ਪਰਸਪੈਕਟਿਵ ਤੋਂ ਗੱਲ ਕੀਤੀ ਗਈ ਹੈ। ਜਿੱਦਾਂ ਸ਼ਿਵ ਕੁਮਾਰ ਬਟਾਲਵੀ ਜੀ ਨੇ ਜਦੋਂ ਲੂਣਾ ਲਿਖੀ ਸੀ, ਜੇ ਤੁਹਾਡੇ ਚੋਂ ਕਿਸੇ ਨੇ ਪੜ੍ਹੀ ਹੋਵੇ, ਤਾਂ ਉਹਨਾਂ ਨੇ ਰੀਇੰਟਰਪ੍ਰੇਟ ਕੀਤਾ ਸੀ ਲੂਣਾ ਦੇ ਕਿਰਦਾਰ ਨੂੰ ਜੋ ਦਿਖਾਇਆ ਗਿਆ ਸੀ ਹਿਸਟਰੀ ਦੇ ਵਿੱਚ। ਹਾਂਜੀ ਹਾਂਜੀ, ਸੋ ਐਸੇ ਤਰੀਕੇ ਨਾਲ ਇਹ ਫਿਲਮ ਜਦੋਂ ਦੇਖੋਗੇ ਤੁਸੀਂ ਬਲਬੀਰ ਉਹਦੇ ਪਰਸਪੈਕਟਿਵ ਤੋਂ, ਇਹ 'ਚ ਇੱਕ ਸਪੈਸ਼ਲੀ ਡਾਇਲੋਗ ਹੈ ਟ੍ਰੇਲਰ ਦੇ ਵਿੱਚ ਕਿ ਜਿਸ ਤਰ੍ਹਾਂ ਔਰਤ ਨੂੰ ਬੋਲਣ ਦਾ ਹੱਕ ਮਿਲ ਗਿਆ, ਉਦੋਂ ਸੂਰਜ ਦੂਜੇ ਪਾਸੋਂ ਚੜ ਜੂ। ਜੇ ਡਾਇਲੋਗ ਬੋਲਿਆ ਗਿਆ ਤਾਂ ਇਹਦਾ ਮਤਲਬ ਦੇਖੋਗੇ ਬਲਬੀਰ ਉਹਦੇ ਪਰਸਪੈਕਟਿਵ ਤੋਂ ਅਸੀਂ ਨੇ ਕਿਸ ਐਂਗਲ ਤੋਂ ਇਹ ਕਹਾਣੀ ਮੈਂ ਦੱਸ ਨਹੀਂ ਸਕਦਾ, ਕਿਉਂਕਿ ਉਹੀ ਫਿਲਮ ਦੀ ਸਭ ਤੋਂ ਖੂਬਸੂਰਤ ਪੱਖ ਹੈ ਕਿ ਜਦੋਂ ਤੁਹਾਨੂੰ ਹਰ ਕੈਰੈਕਟਰ ਸਹੀ ਲੱਗਣ ਲੱਗ ਜਾਏ, ਹਰ ਬੰਦਾ ਆਪਣੀ ਹੋਣੀ ਹੰਢਾ ਰਿਹਾ। ਇਹ ਪੰਜਾਬ ਦੇ ਉਹਨਾਂ ਦਾਨੇ ਬੰਦਿਆਂ ਦੀ ਕਹਾਣੀ ਆ ਜਿਸ ਵੇਲੇ ਇੱਜ਼ਤ ਅਣਖ ਆਬਰੂ ਵਾਸਤੇ ਜਾਨ ਦਿੰਦੇ ਵੀ ਸੀ ਅਤੇ ਜਾਨ ਲੈ ਵੀ ਲੈਂਦੇ। ਅੱਜ ਵੀ ਅਸੀਂ ਗੱਲ ਕਹਿ ਦੇਣਾ ਕਿ ਵੀ ਜਿੱਦਾਂ ਭਾਜੀ ਉਹਨਾਂ ਨੇ ਗੱਲ ਕੀਤੀ ਕਿ ਜਦੋਂ ਤੁਸੀਂ ਇੱਕ ਸਹੁਰੇ ਪਿੰਡ ਹੁੰਦੇ ਹੋ ਤਾਂ ਤੁਹਾਡੀ ਜ਼ਿੰਮੇਵਾਰੀ ਦੁੱਗਣੀ ਹੋ ਜਾਂਦੀ ਆ। ਅੱਜ ਵੀ ਜੇ ਕਿਤੇ ਕਿਸੇ ਪਿੰਡ ਦੇ ਵਿੱਚ ਇਹ ਉੱਕਰ ਦਾ ਜੋ ਕਰੈਕਟਰ ਆ ਉਹ ਵੀ ਉਸੇ ਵੇ ਦੇ ਵਿੱਚ ਨਿਕਲਦਾ ਹੈਗਾ, ਉਹਦੀ ਵੀ ਇੱਕ ਆਪਣੀ ਤਰਾਸਦੀ ਆ, ਦੋਸਤੀ ਤੋਂ ਜੇ ਦੁਸ਼ਮਣੀ ਦੇ ਵਿੱਚ ਉਹ ਬਦਲਦੀ ਹੈ ਉਹਨਾਂ ਦੀ ਦਾਸਤਾਨ, ਤਾਂ ਉਹਦੇ ਵਿੱਚ ਕੀ ਚੀਜ਼ਾਂ ਆਈਆਂ ਇਸ ਤਰ੍ਹਾਂ ਦੀਆਂ, ਹਾਲਾਤ ਬੰਦੇ ਨੂੰ ਉਸ ਥਾਂ 'ਤੇ ਲੈ ਕੇ ਆ ਜਾਂਦੇ। ਬਲਬੀਰ ਉਹਦੇ ਪਰਸਪੈਕਟਿਵ ਤੋਂ ਜ਼ਰੂਰ ਫਿਰ ਉਹ ਦੇਖਿਓ, ਖਾਸ ਕਰਕੇ ਕੁੜੀਆਂ ਨੂੰ ਮਾਣ ਮਹਿਸੂਸ ਹੋਵੇਗਾ ਕਿ ਇਹ ਸਾਰੀ ਟੀਮ ਦਾ ਇੱਕ ਨਵਾਂ ਐਫਰਟ ਹੈ ਜੋ ਅਸਲ 'ਚ ਸੱਚ ਨਹੀਂ ਦਿਖਾਇਆ ਗਿਆ ਇਸ ਫਿਲਮ 'ਚ। ਤੁਸੀਂ ਦੇਖਿਓ ਭਾਜੀ ਡਾਇਲੋਗ ਤੁਸੀਂ ਪੂਰੇ ਟ੍ਰੇਲਰ ਦੇ ਵਿੱਚ ਦੇਖ ਚੁੱਕੇ ਹੋਗੇ, ਸੁਣ ਚੁੱਕੇ ਹੋਗੇ, ਹਰ ਪਾਸੇ ਉਹੀ ਡਾਇਲੋਗ ਆ। ਦੇਖੋ ਬੇਨਤੀ ਹੈ ਵੀ ਹੁਣ ਸਵਾਲ ਜਿੱਦਾਂ ਹੈਗੇ ਆ ਫਿਰ ਆਪਾਂ ਨਹੀਂ ਸਹੀ, ਅਸੀਂ ਫਿਰ ਅੱਗੇ ਜਾਈਏ, ਪਹਿਲਾਂ ਜੇ ਸਵਾਲ ਤੁਹਾਡੇ ਮੁੱਕ ਗਏ ਹੁਣ ਤੁਸੀਂ ਫਨ 'ਤੇ ਆ ਗਏ। ਕੋਈ ਨਹੀਂ, ਮੈਂ ਚਾਹੁੰਦਾ ਤੁਸੀਂ ਵਿੱਚ ਦੇਖੋ, ਅੱਛਾ ਜਿਹਾ ਨਾ ਲੱਗੇ ਕੰਮ, ਮੈਂ ਚਾਹੁੰਦਾ ਤੁਸੀਂ ਜੁੜ ਕੇ ਦੇਖੋ। ਹਾਂਜੀ, ਬਹੁਤ ਤੁਹਾਡਾ ਸਤਿਕਾਰ, ਔਰ ਅਸੀਂ 5-10 ਮਿੰਟ ਜਿਹੜੇ ਲੇਟ ਹੋਏ ਉਹਦੇ ਲਈ ਅਸੀਂ ਗੁਸਤਾਖੀ ਮਾਫ, ਕਿਉਂਕਿ ਅਸੀਂ ਰਾਤ ਦੇ ਟਰੈਵਲਿੰਗ ਕਰਦੇ ਅਤੇ ਕੋਈ ਥੋੜ੍ਹਾ ਜਿਹਾ ਹੋਇਆ ਮੈਨੂੰ ਮਹਿਸੂਸ ਹੋਇਆ। ਹੁਣ ਮੈਂ ਇਹਨਾਂ ਨੂੰ ਕਿਹਾ ਵੀ ਸੀ ਵੀ ਜੇ ਤੁਸੀਂ ਲੇਟ ਹੁੰਦੇ ਸੀ ਤਾਂ ਅੱਧਾ ਘੰਟਾ ਪਹਿਲਾਂ, ਤਾਂ ਚਲ ਕੋਈ ਨਹੀਂ ਤੁਸੀਂ ਸਾਡੇ ਘਰ ਦਿਓ, ਆਪਾਂ ਜੇ ਇੱਕ ਦੂਜੇ ਨੂੰ ਸ਼ਿਕਵਾ ਕਰ ਵੀ ਲਵਾਂਗੇ ਫਿਰ ਕੋਈ ਨਹੀਂ। ਹੋਰ ਕੋਈ ਤੁਸੀਂ ਇੱਧਰ ਖੱਬੇ ਵਾਲੇ ਜਾਵਾਂਗੇ,